ਹਾਂ ਤਾਂ ਬਾਰੇ ਬੱਚੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਸਵਾਲ ਨੰਬਰ 29 ਤੇ ਇਹਦਾ ਭਾਗ ਹੈ ਜਿਹੜਾ ਬੇਟਾ 8 ਦੇ ਉੱਤੇ ਪਹੁੰਚ ਗਿਆ ਠੀਕ ਹੈ ਤਾਂ ਬੇਟਾ ਇਹਦੇ ਵਿੱਚ 29 ਤੋਂ ਲੈ ਕੇ 32 ਤੱਕ ਜਿਹੜੇ ਹੈਗੇ ਆ ਉਹ ਸਵਾਲ ਬੇਟਾ ਪੇਪਰ ਫੋਲਡਿੰਗ ਦੇ ਨਾਲ ਸੰਬੰਧਿਤ ਹੁੰਦੇ ਆ ਅਕਸਰ ਬੱਚੇ ਗਲਤੀ ਖਾ ਜਾਂਦੇ ਇਹਦੇ ਵਿੱਚ ਠੀਕ ਹੈ ਇਹ ਥੋੜੇ ਜੇ ਸੌਖੇ ਸਵਾਲ ਹੈਗੇ ਸਿਰਫ ਤੁਹਾਡੀ ਸਮਝ ਨੂੰ ਵਿਕਸਿਤ ਕਰਨ ਦੇ ਲਈ ਕਹਿੰਦਾ ਜੇ ਇਹ ਪੇਪਰ ਟਰਾਂਸਪੇਰੈਂਟ ਹੋਵੇ ਤਾਂ ਆ ਜਦੋਂ ਪਾਸਾ ਇਧਰ ਨੂੰ ਪਲਟਦੀਏ ਜਾਂ ਆ ਪਾਸਾ ਇਧਰ ਨੂੰ ਪਲਟਦੀਏ ਤਾਂ ਇਹ ਕਿੱਦਾਂ ਦੀ ਇਕਾਤੀ ਹੈ ਜਿਹੜੀ ਦਿਖਾਈ ਦੇਊਗੀ ਠੀਕ ਹੈ ਬੇਟਾ ਫਿਰ ਅਸੀਂ ਆਪਣੇ ਦਿਮਾਗ ਨਾਲ ਸੋਚ ਕੇ ਦੱਸਣਾ ਤਾਂ ਬੇਟਾ ਆ ਜਿਹੜੀ ਹੀਟਲੀ ਟ੍ਰਾਇੰਗਲ ਜੀ ਤਾਂ ਐਸੇ ਟ੍ਰਾਇੰਗਲ ਦੇ ਉੱਤੇ ਪੂਰੀ ਪੂਰੀ ਆ ਜਾਣੀ ਠੀਕ ਹੈ ਆ ਉੱਪਰਲੀ ਟ੍ਰਾਇੰਗਲ ਇਹਦੇ ਵਿੱਚ ਟ੍ਰਾਇੰਗਲ ਬਣ ਜਾਊਗੀ ਠੀਕ ਹੈ ਇਦਾਂ ਦੀ ਇਕਾਤੀ ਬਣੂਗੀ ਤੇ ਜਦੋਂ ਅਸੀਂ ਧਿਆਨ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਤਾਂ ਆ b1 ਹੈ ਕਿਰਤੀ ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦੀ ਪਈ ਹੈ ਮੇਰਾ ਖਿਆਲ ਆ ਤੁਹਾਨੂੰ ਪਤਾ ਲੱਗਦਾ ਪਿਆ ਵੀ ਆ ਉੱਪਰਲੀ ਟ੍ਰਾਇੰਗਲ ਦੇ ਜਦੋਂ ਇਹਦੇ ਉੱਤੇ ਪਲਟਿਆ ਤਾਂ ਬਿਲਕੁਲ ਇਦਾਂ ਦੀ ਟ੍ਰਾਇੰਗਲ ਬਣ ਜੂਗੀ ਤਾਂ ਆ ਟ੍ਰਾਇੰਗਲ ਇਹਦੇ ਵਿੱਚ ਚਲੀ ਗਈ ਹੇਠਲੀ ਟ੍ਰਾਇੰਗਲ ਤੇ ਟ੍ਰਾਇੰਗਲ ਆ ਜਾਣੀ ਆ ਜਿਹੜੇ ਦਾ ਹਾਫ ਪਾਰਟ ਕਰੀਏ ਤਾਂ b1 ਕਿੰਨੀ ਸਾਡਾ ਰਾਈਟ ਆਨਸਰ ਬਣ ਜਾਊਗੀ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਸਵਾਲ ਨੰਬਰ 30 ਆ ਗਿਆ ਸਵਾਲ ਨੰਬਰ 30 ਦੇ ਵਿੱਚ ਬੇਟਾ ਕਹਿੰਦਾ ਪਿਆ ਵੀ ਜਦੋਂ ਆ ਡਾਟਡਡ ਲਾਈਨ ਦੇ ਇਸ ਤਰ੍ਹਾਂ ਇਹਨੂੰ ਇਸ ਚੀਜ਼ ਨੂੰ ਪਲਟ ਦਵਾਂਗੇ ਤਾਂ ਇਹ ਹੈ ਕਿੰਨੀ ਹੈ ਜਿਹੜੀ ਕਿਦਾਂ ਦੀ ਬਣੂਗੀ ਤੇ ਬੇਟਾ ਆ ਜਿਹੜਾ ਹੈਗਾ ਜਦੋਂ ਐਨੂੰ ਪਲਟ ਦਵਾਂਗੇ ਇੱਕ ਤਾਂ ਆ ਅਰਧ ਗੋਲਾ ਆ ਅਰਧ ਗੋਲਾ ਪਰਲੇ ਪਾਸੇ ਨੂੰ ਇੰਜ ਇਹਦੇ ਵਰਗਾ ਹੀ ਬਣ ਜਾਊਗਾ ਠੀਕ ਹੈ ਆ ਬੇਟਾ ਇਸ ਤਰ੍ਹਾਂ ਕਰਕੇ ਟ੍ਰਾਇੰਗਲ ਇੰਜ ਬਣ ਜੂਗੀ ਇਹਦੇ ਨਾਲ ਜੁੜੂਗੀ ਤੇ ਆ ਚੀਜ਼ ਇੰਜ ਚੱਲ ਜੂਗੀ ਇਹ ਸਾਰਾ ਇਦਾਂ ਜਿਗਜੈਗ ਬਣ ਜਾਊਗਾ ਤਾਂ ਆ ਗੋਲੇ ਅੰਦਰ ਨੂੰ ਚਲੇ ਜਾਣਗੇ ਮੇਰਾ ਖਿਆਲ ਹੈ ਤੁਸੀਂ ਆਪਣੇ ਦਿਮਾਗ ਨਾਲ ਸੋਚੋਗੇ ਬੇਟਾ ਤੁਹਾਨੂੰ ਕਲੀਅਰ ਹੋ ਜਾਣਾ ਜੇ ਟਰਾਂਸਪੇਰੈਂਟ ਪੇਪਰ ਆ ਤਾਂ ਠੀਕ ਹੈ ਤਾਂ ਕਿਹੜੀ ਅਕਿਰਤੀ ਹੈ ਜਿਹੜੀ ਬੇਟਾ ਬਣ ਜੂਗੀ ਆ ਬੇਟਾ ਇਹਦੇ ਵਿੱਚ ਆਪਾਂ ਦੇਖਣਾ ਆ ਨਹੀਂ ਬਣੂਗੀ ਕਿਉਂਕਿ ਆ ਲਾਈਨ ਨੇ ਉੱਪਰਲੇ ਪਾਸੇ ਨੂੰ ਚਲੀ ਜਾਣਾ ਠੀਕ ਹੈ ਡੀ 1 ਕਿਹਤੀ ਸਾਡਾ ਰਾਈਟ ਆਨਸਰ ਬਣੂਗੀ ਆ ਨਹੀਂ ਬਣੂਗੀ ਕਿਉਂਕਿ ਆ ਲਾਈਨ ਤਾਂ ਬਣਨੀ ਨਹੀਂ ਇਹਨੇ ਉੱਪਰ ਚਲੀ ਜਾਣਾ ਆ ਚੀਜ਼ ਨੇ ਟੇਢੀ ਹੋ ਕੇ ਠੀਕ ਹੈ ਤਾਂ ਡੀ 1 ਸਾਡਾ ਰਾਈਟ ਆਨਸਰ ਆਊਗਾ ਡੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਸਵਾਲ ਨੰਬਰ 31 ਦੇ ਵਿੱਚ ਧਿਆਨ ਦੇ ਨਾਲ ਦੇਖੋ ਕਹਿੰਦਾ ਜਦੋਂ ਇਸ ਚੀਜ਼ ਨੂੰ ਪਲਟ ਕੇ ਇਧਰਲੇ ਪਾਸੇ ਕਰ ਦਿੱਤਾ ਤੇ ਇਹ ਕਿੱਦਾਂ ਦੀ ਇਕਤਤੀ ਹੈ ਜਿਹੜੀ ਬਣੂਗੀ ਠੀਕ ਹੈ ਬੇਟਾ ਤਾਂ ਆਹ ਚੀਜ਼ ਬੇਟਾ ਇਧਰੋਂ ਐਨੂੰ ਸ਼ੋ ਕਰੂਗੀ ਜਦੋਂ ਆਪਾਂ ਪਲਟ ਦਵਾਂਗੇ ਆਹ ਚੀਜ਼ ਇਧਰੋਂ ਐਨੂੰ ਸ਼ੋ ਕਰੂਗੀ ਠੀਕ ਹੈ ਤੇ ਆਹ ਟ੍ਰਾਇੰਗਲ ਹੈ ਜਿਹੜੀ ਇਹਨੂੰ ਕੱਟਦੀ ਹੋਈ ਐਨੂੰ ਤੇ ਐਨੂੰ ਆ ਜਾਊਗੀ ਬੇਟਾ ਇਹਦੇ 'ਚ ਕੁਝ ਵੀ ਔਖਾ ਨਹੀਂ ਹੈਗਾ ਸਿਰਫ ਥੋੜਾ ਜਿਹਾ ਦਿਮਾਗ ਆਹ ਟ੍ਰਾਇੰਗਲ ਹੈ ਜਿਹੜੀ ਇਹ ਇੱਥੋਂ ਇਸ ਚੀਜ਼ ਨੂੰ ਕੱਟੂਗੀ ਠੀਕ ਹੈ ਤੇ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਬੇਟਾ ਸਿਰਫ A1 ਕਿਰਤੀ ਹੀ ਸਾਡੇ ਫਿੱਟ ਬਿੰਦੀ ਪਈ ਹੈ ਆਹ ਨਹੀਂ ਬੈਠੂਗੀ ਕਿਉਂਕਿ ਬੇਟਾ ਇਹ ਐ ਸਿੱਧੀ ਤਾਂ ਜਾਂਦੀ ਨਹੀਂ ट्रायंगल ਤਾਂ ਇੱਥੋਂ ਸ਼ੁਰੂ ਹੋਗੀ ਨਾ ਐ ਸਿੱਧੀ ਨਹੀਂ ਹੋਈ ਤਾਂ A1 ਕਿਰਤੀ ਹੈ ਜਿਹੜਾ ਸਾਡਾ ਰਾਈਟ ਆਨਸਰ ਬਣੂਗੀ ਠੀਕ ਹੈ ਬੇਟਾ ਤਾਂ 31 ਨੰਬਰ ਸਵਾਲ ਦੇ ਵਿੱਚ ਬੇਟਾ ਧਿਆਨ ਨਾਲ ਦੇਖੋ ਤਾਂ ਬੇਟਾ a1 ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ a1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆਹ ਟ੍ਰਾਇੰਗਲ ਜਿਹੜੀ ਹੈਗੀ ਜਦੋਂ ਕਹਿੰਦਾ ਆਹ ਕੱਤੀ ਇੱਥੋਂ ਇੱਕ ਟਰਾਂਸਪੇਰੈਂਟ ਪੇਪਰ ਹੈ ਇੱਥੋਂ ਐਂ ਪਲਟ ਦਿੱਤੀ ਤੇ ਇਹ ਕਿੱਦਾਂ ਦੀ ਬਣੂਗੀ ਤਾਂ ਨੇਚਰਲੀ ਗੱਲ ਹੈ ਬੇਟਾ ਆਹ ਟ੍ਰਾਇੰਗਲ ਦੇ ਉੱਤੇ ਇੱਥੋਂ ਆ ਕੇ ਇਦਾਂ ਇਹਦੇ ਵਿੱਚ ਦਿਖਾਈ ਦੇਣ ਲੱਗ ਪੈਣਾ ਹੋਰ ਕੋਈ ਵੀ ਇਕਾਤੀ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ ਸਿਰਫ ਅਤੇ ਸਿਰਫ A1 ਹੀ ਸਾਡਾ ਰਾਈਟ ਆਨਸਰ ਆਊਗਾ ਤਾਂ A1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 32 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ